ਹਾਂਜੀ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦੀ ਵੀਡੀਓ ਆਪਾਂ ਵਿਆਹ ਲਈ ਸੂਟਾਂ ਦੀ ਸ਼ਾਪਿੰਗ ਕੀਤੀ ਆ ਫਿਰ ਤੋਂ ਤੇ ਅਸੀਂ ਗਏ ਸੀ ਕੱਪੜੇ ਲੈਣ ਇਸ ਵਾਰ ਮਲੇਰਕੋਟਲੇ ਤੇ ਤੁਹਾਨੂੰ ਦਿਖਾਉਨੇ ਆ ਜੀ ਅਸੀਂ ਕਿਹੋ ਜਿਹੇ ਕੱਪੜੇ ਲੈਏ ਨੇ ਦੇਖੋ ਬਹੁਤ ਜ਼ਿਆਦਾ ਮਹਿੰਗੇ ਤਾਂ ਨਹੀਂ ਲੈਏ ਅਸੀਂ ਫਿਰ ਉਹ ਰੈਗੂਲਰ ਹੀ ਨਹੀਂ ਪੈਂਦੇ ਹੈਗੇ ਫਿਰ ਇੰਜ ਅਲਮਾਰੀਆਂ ਚ ਪਈ ਜਾਂ ਟਰਾਂਕਾਂ ਚ ਪਈ ਖਰਾਬ ਹੋ ਜਾਂਦੇ ਨੇ 올ਡ ਫੈਸ਼ਨ ਚ ਆ ਜਾਂਦੇ ਨੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਮਹਿੰਗੇ ਕੱਪੜੇ ਨਹੀਂ ਲੈਂਦੇ ਚਲੋ ਫੇਰ ਵੀ ਤੋ ਸੀ ਦੇਖੋ ਆ ਪਹਿਲਾ ਸੂਟ ਆ ਜੀ ਹਰਪ੍ਰੀਤ ਦਾ ਮਹਿਰੂਨ ਕਲਰ ਮਹਿਰੂਨ ਸ਼ਰਟ ਇਹ ਹੈਗੀ ਸਕਲਪ ਸੂਟ ਇਹ ਸਟਿਚ ਕਰਨ ਵਾਲੀ ਆ ਇਹਦੇ ਨੀਚੇ ਇਸ ਤਰ੍ਹਾਂ ਦਾ ਬਾਰਡਰ ਦਿੱਤਾ ਹੋਇਆ ਹੈ ਇਹ ਵੈਸੇ ਤਾਂ ਖੜੇ ਹੋ ਕੇ ਦਿਖਾਉਣ ਵਾਲੇ ਨੇ ਕੱਪੜੇ ਤੇ ਇਹ ਹੈਗਾ ਪਿਓਰ ਦਾ ਇਹਦੇ ਨਾਲ ਹੈਗੀ ਸਕਰਟ ਇਹ ਥੋੜਿਆਂ ਜਿਹਾ ਤੁਸੀਂ ਵੀ ਮਤਲਬ ਇਹ ਆਪਣੇ ਨਾਪ ਦੀਆਂ ਕਰਨੀਆਂ ਪੈਣੀਆਂ ਨੇ ਮੈਂ ਉਹਨਾਂ ਦੇ ਪਿਕ ਲਾ ਕੇ ਵੀ ਦਿਖਾ ਦੂੰਗੀ ਇਹ ਬਿਨਾ ਜੁੰਨੀ ਤੋਂ ਆਇਆ ਹੈ ਇਹ ਹੈਗਾ ਸੂਟ 2500 ਦਾ ਬਲੇਰ ਕੋਟ ਲਈ ਤੋਂ ਸਾਨੂੰ ਇਹ 2500 ਦਾ ਪਿਆ ਦੇਖੋ ਉੱਥੇ ਕੱਪੜੇ ਆਪਾਂ ਨੂੰ ਇਧਰਲੇ ਸਮਰਾਲੇ ਤੋਂ ਜਾਂ ਖੰਨੇ ਤੋਂ ਜਾਂ ਵੀ ਮਤਲਬ ਇਹ ਸਾਨੂੰ ਇਧਰੋਂ ਸਸਤੇ ਮਿਲੇ ਆ ਕਲਰ ਹੀ ਡਿਫਰੈਂਟ ਆ ਡਿਜ਼ਾਈਨਿੰਗ ਸੇਮ ਆ ਤੁਹਾਨੂੰ ਪਤਾ ਹੀ ਹੈ ਜੀ ਇੱਕ ਘਰ ਦੇ ਵਿੱਚ ਥੋੜਾ ਜਿਆਦਾ ਅਲੱਗ-ਅਲੱਗ ਮਿਲ ਨਹੀਂ ਸੀ ਰਿਹਾ ਕੁਝ ਮਤਲਬ ਇਹ ਵਿੱਚ ਹੋਰ ਚੁਆਇਸ ਕਲਰ ਦੀ ਹੈ ਨਹੀਂ ਸੀਗੀ ਤੇ ਜੇ ਅਲੱਗ-ਅਲੱਗ ਲੈ ਲੈਣੇ ਆ ਤਾਂ ਫੇਰ ਉਹ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਸੀਗਾ ਇਸ ਕਰਕੇ ਮੈਂ ਸੇਮ ਪ੍ਰਾਈਸ ਦੇ ਵਿੱਚ ਜਣੀ ਕਲਰ ਡਿਫਰੈਂਟ ਕਰ ਲਿਆ ਤੇ ਲੈ ਆਂਦੀ ਮੈਂ ਡਿਜ਼ਾਈਨਿੰਗ ਸੇਮ ਇਹ ਦੇਖੋ ਇਹ ਮਨਦੀਪ ਦਾ ਆ ਉਹਦੀ ਸਕਲਟ ਮੈਂ ਤੁਹਾਨੂੰ ਐਂਜੀ ਦਿਖਾ ਦਿੰਨੀ ਇਹਦੀ ਵੀ ਸੇਮ ਹੈਗੀ ਕੁਰਤੀ ਗਲੇ ਦੇ ਬਹੁਤ ਸੋਹਣੀ ਮਿਰਰ ਵਰਕ ਕਰਿਆ ਹੋਇਆ ਹੈ ਆਰੇ ਉੱਤੇ ਮਿਰਰ ਵਰਕ ਕਰਿਆ ਹੋਇਆ ਤੇ ਗੋਟੇ ਦਾ ਹੀ ਗੋਟਾ ਪੱਟੀ ਵੀ ਲਾਈ ਹੋਈ ਆ ਸਾਰਾ ਡਿਜ਼ਾਈਨਿੰਗ ਗੋਟਾ ਪੱਟੀ ਰਹੀ ਆ ਇਹਦੇ ਸਕਲਟ ਤੇ ਵੀ ਆ ਗੋਟਾ ਪੱਟੀ ਦੀ ਡਿਜ਼ਾਈਨਿੰਗ ਆ ਸਾਰੀ ਤੇ ਇਹ ਵੀ 2500 ਦਾ ਹੀ ਹੈਗਾ ਤੇ ਇੱਕ ਇੱਕ ਉਹ ਵਿਆਹ ਵਾਲੇ ਦਿਨ ਪਾਉਣ ਵਾਲਾ ਹੋਗਾ ਇੱਕ ਇੱਕ ਹੋਰ ਨੇ ਦੋ ਦੋ ਸੂਟ ਲਿਆਂਦੇ ਨੇ ਤੇ ਆ ਹੈਗਾ ਮਨਦੀਪ ਦਾ ਇਹ ਸੂਏ ਵਾਲਾ ਸੂਟ ਇਹ ਗਾਜਰੀ ਹੈ ਇਹਦੇ ਵਿੱਚ ਮਜੈਂਟਾ ਦਿਸ ਰਿਹਾ ਵੈਸੇ ਗਾਜਰੀ ਕਲਰ ਆਇ ਬਹੁਤ ਪਿਆਰਾ ਕਲਰ ਆ ਡਿਫਰੈਂਟ ਜੀ ਆ ਇਹ ਹੈਗੇ ਪਿਓਰ ਦੇ ਤੇ ਇਹਦੇ ਨਾਲ ਅਸੀਂ ਲਈ ਆ ਮਹਿੰਦੀ ਕਲਰ ਦੀ ਸਲਵਾਰ ਕੁਝ ਵੀ ਪਲਾਜੋ ਬਣਾਉਣਾ ਜਾਂ ਕੁਝ ਵੀ ਬਣਾਉਣਾ ਇਹ ਮਹਿੰਦੀ ਆ ਕਢਾਈ ਬਹੁਤ ਸੋਹਣੀ ਕਰੀ ਹੋਈ ਆ ਵਿੱਚ ਥ्रेड ਵਰਕ ਸਾਰਾ ਥ੍ਰੈਡਵਰਕ ਹੀ ਹੈ ਇਹ ਅ ਵਿੱਚ সিলవర్ ਕਲਰ ਦੇ ਸਿੱਪੇ ਲਏ ਹੋਏ ਛੋਟੇ ਛੋਟੇ ਬਰੀਕ ਬਰੀਕ ਸਿੱਪੇ ਹੋਏ ਵਿੱਚ ਇਹ ਜਿਹੜੇ ਇੱਕਾ ਫਲਾਵਰ ਬਣੇ ਨੇ ਸਿੱਪੀ ਨਾਲ ਬਣਾਏ ਹੋਏ ਨੇ ਬਾਕੀ ਸਾਰਾ ਥ੍ਰੈਡਵਰਕ ਆ ਇਹ ਜੋ ਤੋਂ ਅਲੱਗ-ਅਲੱਗ ਕੰਬੀਨੇਸ਼ਨ ਕਰਕੇ ਲੈਣੇ ਪੈਂਦੇ ਆ ਮਤਲਬ ਵੀ ਆ ਵੀ ਥਾਨ ਦੇ ਵਿੱਚੋਂ ਲਿਆ ਆ ਵੀ ਥਾਨ ਦੇ ਵਿੱਚੋਂ ਲਿਆ ਮਤਲਬ ਵੀ ਅਲੱਗ-ਅਲੱਗ ਇੱਕ ਮਤਲਬ ਪੂਰਾ ਸੂਟ ਨਹੀਂ ਲੈਣੇ ਕਿੰਝ ਸਾਰਾ ਪੂਰਾ ਸੂਟ ਵਧੀਆ ਵੀ ਨਹੀਂ ਲੱਗਣਾ ਹੈਗਾ ਇਹ ਸ਼ਰਟ ਹੈਗੀ 1500 ਦੀ 2.5 ਮੀਟਰ ਸ਼ਰਟ 1500 ਦੀ ਆ 3 ਮੀਟਰ ਸਲਵਾਰ ਆ ਇਹ ਇਹ ਹੈਗੀ 300 100 ਰੁਪਏ ਮੀਟਰ 1800 ਦਾ ਸੂਟ ਬਣਿਆ ਜਾਣੀ ਇਹ ਹਾਂਜੀ ਹੈਗੀ ਕਢਾਈ ਸੇਮ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਘਰ ਦੇ ਵਿੱਚ ਜੀ ਹੁਣ ਥੋੜਾ ਜਿਹਾ ਇਹ ਕਰਨਾ ਪੈਂਦਾ ਜਿਹੜੇ ਮੇਰੇ ਵਾਂਗੂ ਮਜੂਰ ਨੇ ਉਹ ਸਮਝ ਜਾਣਗੇ ਇਹ ਘਰ ਨੂੰ ਕਿਵੇਂ ਚਲਾਉਣਾ ਉਹੋ ਹੀ ਤਾਂ ਆਈ ਖੁੱਲ ਗਈ ਸਾਰੀ ਇਹਦੇ ਨਾਲ ਅਸੀਂ ਲਾਈ ਹੈਗੀ ਨੇਵੀ ਬਲੂ ਸਲਵਾਰ 10 ਮੀਟਰ ਇਹ ਕੰਬੀਨੇਸ਼ਨ ਬਹੁਤ ਪਿਆਰਾ ਲੱਗ ਰਿਹਾ ਤੇ ਇਹ ਵੀ ਸੇਮ 1500 ਦੀ ਸ਼ਰਟ 300 ਦੀ ਸਲਵਾਰ ਇਹ ਹੈਗਾ ਸੂਟ ਮੇਰਾ ਇਹਨੂੰ ਮੈਂ ਖੋਲ ਕੇ ਦਿਖਾਵਾਂ ਸੀ ਗ੍ਰੀਨ ਆਹੀ ਯਾਰ ਕੈਮਰੇ 'ਚ ਬਹੁਤ ਡਿਫਰੈਂਟ ਕਲਰ ਲੱਗ ਰਹੇ ਨੇ ਇਹ ਸੀ ਗ੍ਰੀਨ ਇਹਦੇ ਵਿੱਚ ਮਿਰਰ ਵਰਕ ਹੋਇਆ ਹੋਇਆ ਥ੍ਰੈਡ ਵਰਕ ਵੀ ਆ ਵਿੱਚ ਆ ਛੋਟੀ ਛੋਟੀ ਸਿੱਪੀ ਵੀ ਲੱਗੀ ਹੋਈ ਆ ਫਲਾਵਰ ਦੇ ਆ ਤੇ ਇਹਦੇ ਵਿੱਚ ਹਾਂ ਇੰਜ ਲੱਗਦਾ ਜਿਵੇਂ ਮੋਰ ਪਹਿਲ ਜੀ ਪਾਉਂਦਾ ਤੇ ਇਹਦੇ ਵਿੱਚ ਮਿਰਰ ਵਰਕ ਵੀ ਕਰਿਆ ਹੋਇਆ ਵਾ ਦੇਖ ਵੀ ਰਿਹਾ ਤੁਹਾਨੂੰ ਤੇ ਇਹਦੇ ਨਾਲ ਮੈਂ ਲਈ ਆ ਰੈੱਡ ਸਲਵਾਰ ਸੀ ਗਰੇਨ ਦੇ ਨਾਲ ਰੈੱਡ ਕੰਬੀਨੇਸ਼ਨ ਕਰਕੇ ਮੈਂ ਲਿਆ ਇੱਕੋ ਹੀ ਸੂਟ ਹੈਗੇ ਨੇ ਸੂਟ ਬਹੁਤ ਬਨੇ ਪਾਤਾ ਹੁੰਦੇ ਨਹੀਂ ਘਰ ਵਿੱਚ ਇੱਕੋ ਹੀ ਸੂਟ ਬਹੁਤ ਆ ਚਲੋ ਬੱਚੀਆਂ ਨੂੰ ਤਾਂ ਹੁੰਦਾ ਹੈ ਬਹਾਨੇ ਸਰ ਬਣ ਜਾਂਦੇ ਨੇ ਤੇ ਮੇਰੀ ਸ਼ਰਟ ਹੈਗੀ 1700 ਦੀ ਅ ਸਲਵਾਰ ਸੇਮ ਹੀ ਆ ਆ ਗਈ ਜੀ ਫਿਰ ਸਵੇਰਾ ਇਹਦੇ ਵਿੱਚ ਵੀ ਬਹੁਤ ਸੋਹਣਾ ਮਿਰਰ ਵਰਕ ਹੋਇਆ ਹੋਇਆ। ਇਹਦਾ ਉਹਨੂੰ ਫਿਰ ਆਪਾਂ ਸ਼ਰਾਰਾ ਸੂਟ ਸਟਿਚ ਕਰਵਾ ਦਵਾਂਗੇ। ਕਲਰ ਬਹੁਤ ਪਿਆਰਾ ਵਾ। ਮਹਿਰੂਨ ਹੈ ਵੀ, ਉਹਦੇ ਵਿੱਚ ਵੀ ਮਜੈਂਟਾ ਲੱਗ ਰਿਹਾ ਕੈਮਰੇ 'ਚ ਮਹਿਰੂਨ ਹੈ ਇਹ। ਤੇ ਇਹ ਆਇਆ ਸੀ 5 ਮੀਟਰ 700 ਦਾ। ਇਹ ਸਵੇਰਾ ਦੇ ਸ਼ਰਾਰੇ ਦੇ ਲਾਵਾਂਗੇ ਥੋੜਾ ਜਾਂ ਤੇ ਕੁੜਤੀ ਦੇ ਪੱਲੇ ਤੇ ਲਾਦਾਂਗੇ, ਬਾਹਾਂ ਤੇ ਲਾਦਾਂਗੇ ਉਹਨੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਲੱਗੂਗਾ। ਸਿੰਪਲ ਦਾ ਸਿੰਪਲ ਤੇ ਬਸ ਸੋਹਣਾ ਬਹੁਤ ਲੱਗੂਗਾ ਡਿਜ਼ਾਈਨਿੰਗ ਅੱਛੀ ਹੋ ਜਾਣੀ ਵਧੀਆ ਹੋ ਜਾਣੀ ਆ ਲੈਸ ਬਹੁਤ ਪਿਆਰੀ ਲੱਗ ਰਹੀ ਹੈ ਇਹ ਵੀ ਮਿਰਰ ਵਾਂਗੂ ਹੀ ਲੱਗ ਰਹੀ ਆ ਛੋਟੇ ਛੋਟੇ ਮਿਰਰ ਨੇ ਜਿਵੇਂ ਤੇ ਆ ਸਵੇਰਾ ਦਾ ਇੱਕ ਹੋਰ ਆ ਜੀ ਇਹ ਸਾਰਾ ਹੀ ਸਿੱਪੀਆਂ ਨਾਲ ਬਣਿਆ ਹੋਇਆ ਇਹ ਬਲੈਕ ਬੈਲਵਟਾ ਬੈਲ ਵਟਕ ਖਨੀਲ ਇਹਦੇ ਉੱਤੇ ਸਿੱਪੀ ਵਰਕ ਕਰਿਆ ਹੋਇਆ ਸਾਰਾ ਇਹ ਸਿੱਪੀ ਹੈਗੀ ਆ ਫਰੋਜੀ ਕਲਰ ਦੀ ਇਹ ਆਪਾਂ ਸਵੇਰਾ ਨੂੰ ਵਨ ਪੀਸ ਡਰੈਸ ਬਣਾ ਕੇ ਦਵਾਂਗੇ ਉਹ ਸਟਿਚ ਕਰਵਾਵਾਂਗੇ ਵਨ ਪੀਸ ਹੀ ਵਧੀਆ ਲੱਗੂਗਾ ਇਹ ਵੈਸੇ ਉਂਝ ਨਹੀਂ ਵਧੀਆ ਲੱਗਣਾ ਇਹ ਸਵੇਰਾ ਹੈ ਜੇ ਕੱਪੜੇ ਜ਼ਿਆਦਾ ਪਾਉਂਦੀ ਵੀ ਨਹੀਂ ਹੈਗੀ ਫੇਰ ਉਹਨੂੰ ਥੋੜੀ देर ਪਾ ਕੇ ਆਹ ਹੋ ਜਾਂਦਾ ਵੀ ਮੈਂ ਬਸ ਜਲਦੀ ਉਤਾਰ ਦਵਾਂ ਤੇ ਜ਼ਿਆਦਾ ਉਹਨੇ ਰੱਖਣੇ ਵੀ ਨਹੀਂ ਹੈਗੇ ਤੇ ਉਹਨੂੰ ਤਾਂ ਵੈਸੇ ਪੈਂਟ ਪੁੰਟ ਵੀ ਲੈ ਕੇ ਦੇਣੀ ਪੈਣੀ ਆ ਇਆ ਕੋਈ ਲੈਗੀ ਸੂਟ ਵਗੈਰਾ ਆ ਦੋ ਨੈਟ ਦੀਆਂ ਚੁੰਨੀਆਂ ਨੇ ਲਿਆਂਦੀਆਂ ਇਹਨਾਂ ਤੇ ਵੀ ਆ ਬਹੁਤ ਸੋਹਣਾ ਮਿਰਰ ਵਰਕ ਹੋਇਆ ਹੋਇਆ ਇਹ ਨੈਟ ਦੀਆਂ ਜੰਨੀਆਂ ਇਹ ਦੋਵਾਂ ਦੇ ਸੂਟਾਂ ਨਾਲ ਨੇ ਜਿਹੜੇ ਤਾਂ ਇਹ ਸਕਰਟ ਸੂਟ ਨੇ ਉਹਨਾਂ ਦੇ ਨਾਲ ਡਾਈ ਕਰਵਾ ਲੈਣਗੇ ਇਹ ਬਾਰਡਰ ਆ ਬਹੁਤ ਸੋਹਣਾ ਬਣਿਆ ਹੋਇਆ ਸਾਈਡ ਤੇ ਮਿਰਰ ਵਰਕ ਆ ਸਾਰਾ ਇਹ ਵੀ ਇਦੇ ਵਿੱਚ ਵੀ ਛੋਟੇ-ਛੋਟੇ ਫੁੱਲ ਨੇ ਇਹ ਵੀ ਮਿਰਰ ਵਿੱਚ ਮਿਰਰ ਵਰਕ ਆ ਵੀ ਤੇ ਇਹ ਦੋ ਚੁੰਨੀਆਂ ਨੇ ਇਹ ਆਈਆਂ ਨੇ 2.5 200 ਦੀਆਂ ਅਸੀਂ ਸੋਚਦੇ ਪਏ ਆ ਬਈ ਇਹ ਕਲਰ ਕਰਾ ਲਈਏ ਸੀ ਗ੍ਰੀਨ ਸੀ ਗ੍ਰੀਨ ਡਾਈ ਕਰਵਾ ਲਈਏ ਚੁੰਨੀ ਤੇ ਇਸ ਕਲਰ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਸੋਨਾ ਲੱਗੂਗਾ ਉੱਠੂਗਾ ਬਹੁਤ ਤੇ ਹਰਪ੍ਰੀਤ ਵਾਲੇ ਨਾਲ ਅਸੀਂ ਸੋਚਦੇ ਆ ਵੀ ਪੀਚ ਕਰਾ ਲਈਏ ਪੀਚ ਕਲਰ ਦਾ ਕਲਰ ਫਿਰ ਇਹਦੇ ਮਹਿਰੂਨ ਦੇ ਨਾਲ ਉਹ ਵੀ ਬਹੁਤ ਪਿਆਰਾ ਲੱਗੂਗਾ। ਬਾਕੀ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੱਸਿਓ ਵੀ ਕਿ ਉਹ ਜੇ ਕਲਰ ਕਰਾਉਣੇ ਚਾਹੀਦੇ ਨੇ ਹਨਾ। ਤੇ ਜੰਨੀਆਂ ਆਪਾਂ ਠਹਿਰ ਜੇ ਠਹਿਰ ਕੇ ਡ੍ਰੈਗ ਲਿੰਕ ਡਾਈ ਜੰਨੀਆਂ ਆਪਾਂ ਠਹਿਰ ਕੇ ਡਾਈ ਕਰਾਂਗੇ। ਆ ਇੱਕ ਪਰਸ ਲਿਆ ਬਸ। ਵੱਡਾ ਸਾਰਾ ਪਰਸ ਹੈ। ਇਹ ਵੀ ਸੇਲ ਲੱਗੀ ਹੋਈ ਸੀ ਉੱਥੇ ਬੱਚਿਆਂ ਦੇ ਕੱਪੜੇ ਪਾਉਣ ਨੂੰ ਵੀ ਕਾਫੀ ਸਾਰੇ ਕੱਪੜੇ ਪੈ ਜਾਂਦੇ ਨੇ ਛੋਟਾ ਬੱਚਾ ਮਹਿਤਾਬ ਆਪਣਾ ਛੋਟਾ ਆ ਇਹ ਮਿਲਿਆ 300 ਦਾ ਸਸਤਾ ਹੀ ਕੰਮ ਕਰਦੇ ਸੀ ਬੜਾ ਮਹਿੰਗਾ ਨਹੀਂ ਕਰਦੇ ਆ ਹਾਰਪੀਤ ਮਨਦੀਪ ਤੇ ਸਵੇਰਾ ਇਹ ਤਿੰਨਾਂ ਦੇ ਟਿੱਕੇ ਨੇ ਇਹ ਬਟਨੇ ਵਾਲੇ ਦੇ ਲਾਉਣ ਨੂੰ ਫਲਾਵਰ ਵਗੈਰਾ ਉਹ ਕੰਨਾਂ 'ਚ ਪਾਉਣ ਨੂੰ ਜਾਂ ਹੱਥਾਂ 'ਚ ਪਾਉਣ ਨੂੰ ਤਾਂ ਮਿਲੇ ਨਹੀਂ ਸੀਗੇ ਉਹ ਇੱਧਰ ਕਿਤੇ ਹੋਰ ਪੁੱਛ ਲਾਂਗੇ ਜੇ ਮਿਲ ਗਏ ਤੇ ਇਹ ਕਹਿੰਦੇ ਸੀ ਵੀ ਅਸੀਂ ਵੀ ਨਾਲ ਹੀ ਕੁੜੀ ਦੇ ਪਾਉਣੇ ਨੇ ਤੇ ਵੀ ਮਤਲਬ ਸਾਨੂੰ ਵਧੀਆ ਲੱਗਦਾ ਵਾ ਤੇ ਇਹ ਤਿੰਨਾਂ ਦਾ ਫਿਰ ਸਵੇਰਾ ਤਾਂ ਨਾਲ ਜ਼ਰੂਰ ਰੱਖਣੀ ਪੈਂਦੀ ਆ ਤੁਹਾਨੂੰ ਪਤਾ ਉਹ ਤਾਂ ਫਿਰ ਨਹੀਂ ਰੋਲਾ ਪਾ ਲੈਂਦੀ ਵੀ ਤੁਸੀਂ ਆਪ ਲਾ ਲਿਆ ਤੇ ਮੈਨੂੰ ਛੱਡ ਤਾਂ ਆਹ ਸੈਟ ਹੈਗਾ ਮਨਦੀਪ ਦਾ ਇਹਨੂੰ ਗ੍ਰੀਨ ਕਲਰ ਦੇ ਲੱਗੇ ਹੋਏ ਨੇ ਮੋਤੀ ਇਹਦੇ ਨਾਲ ਟਿੱਕਾ ਵੀ ਹੈਗਾ ਵੈਸੇ ਟਿੱਕਿਆਂ ਦਾ ਅੱਜ ਕੱਲ ਰਿਵਾਜ ਘਟਾ ਉਹ ਸਾਈਡ ਤੇ ਝੂਮਰ ਲਾਉਂਦੇ ਨੇ ਉਹ ਦੇਖ ਲਾਂਗੇ ਜੀ ਵੀ ਉਹ ਰੈਂਟਰ ਰੰਟ ਤੇ ਮਿਲ ਜਾਂਦੇ ਨੇ ਜੇ ਉਹ ਮਿਲ ਗਏ ਤੇ ਆਹ ਮਹਿਰੂਨ ਚੰਬੂਲੀਆਂ ਵਾਲੇ ਕਾਂਟ ਕਹਿੰਦੇ ਸੀ ਇਹਨਾਂ ਨੂੰ ਇਹ ਮਹਿਰੂਨ ਕਲਰ ਦੇ ਆ ਇਹ ਫਿਰ ਇਹ ਹਰਪ੍ਰੀਤ ਦੇ ਉਹਦੇ ਸਕਰਟ ਦੇ ਨਾਲ ਦੇ ਮੈਚ ਹੁੰਦੇ ਨੇ ਇਹਦੇ ਨਾਲ ਵੀ ਸੇਮ ਟਿੱਕਾ ਹੈਗਾ ਵਾ ਇਆ ਐਂਡ ਵਿੱਚ ਆ ਗਈ ਮੈਂ ਮੇਰੇ ਤਾਂ ਵਾਈਟ ਹੀ ਮੁੱਤੀ ਲੱਗੇ ਹੋਏ ਨੇ ਥੋੜੇ ਜਿਹੇ ਵੱਡੇ ਆ ਗਏ ویسੇ ਮੈਨੂੰ ਵੀ ਵਧੀਆ ਨਹੀਂ ਸੀ ਲੱਗ ਰਹੇ ਮੈਂ ਕਿ ਅਸੀਂ ਥੋੜੇ ਜਿਹਾ ویسੇ ਤਾਂ ਸੋਨੇ ਲੱਗਦੇ ਆ ਮੈਂ ਟਿੱਕਾ ਨਹੀਂ ਲਿਆ ਹੈਗਾ ਟਿੱਕਾ ਟੁਕਾ ਜਿਹਾ ਲੱਗ ਲੱਗਿਆ ਵਧੀਆ ਨਹੀਂ ਲੱਗਦਾ ਹੈਗਾ ਉਹ ਉਮਰ ਦੇ हिसाब ਨਾਲ ਹੀ ਵਧੀਆ ਲੱਗਦਾ ਵਾ ਤੇ ਆ ਮੈਨੂੰ ਪਸੰਦਾ ਏ ਮਤਲਬ ਮੈਂ ਕੋਈ ਲੈਨੇ ਮੇਰਾ ਪਹਿਲਾਂ ਤਿੰਨ ਚਾਰ ਹੈਗੇ ਨੇ ਮੇਰੇ ਕੋਲ ਵੀ ਬਹੁਤ ਜ਼ਿਆਦਾ ਮੈਂ ਪਾਉਂਦੀ ਤਾਂ ਹੈਨੀਗੀ ਸਾਰਾ ਕੁਝ ਕੱਢਿਆ ਹੋਇਆ ਕੰਨਾਂ 'ਚੋ ਵੀ ਨੱਕ 'ਚੋ ਵੀ ਸਾਰਾ ਕੁਝ ਨੱਕ ਵੀ ਮੇਰਾ ਬੰਨਾ ਹੋਇਆ ਕੰਨ ਵੀ ਉੱਪਰੋਂ ਵੀ ਦੋ ਤੋਂ ਬੰਨੇ ਹੋਏ ਨੇ ਤੇ ਸਾਰਾ ਕੁਝ ਕੱਢ ਕੇ ਰੱਖਿਆ ਹੋਇਆ ਮੈਂ ਇਸ ਟਾਈਮ ਨਾਲ ਵੀ ਲੱਗ ਦੇਖ ਲਾ ਮੈਂ ਹਾਏ ਇਹ ਤਾਂ ਗੱਡੀਆਂ ਲੱਗਦੀਆਂ ਸੋਹਣੇ ਲੱਗਦੇ ਚਮੂਲੀ ਵਾਲੇ ਸੋਹਣੇ ਲੱਗਦੇ ਆ। ਉਹ ਪਤਾ ਨਹੀਂ ਹਰਪ੍ਰੀਤ ਮੰਦੀਪ ਦੇ ਪਾਇ ਵਧੀਆ ਵੀ ਲੱਗਣਗੇ ਕਿ ਨਹੀਂ। ਇਹ ਤਾਂ ਜਿਆਦਾ ਹੀ ਵੱਡੇ ਵੱਡੇ ਜੀ ਹੋਗੇ। ਉਹਦਾ ਫੇਸ ਵੀ ਛੋਟਾ ਜਾਵਾ ਮੈਂ ਤਾਂ ਹੋਰੀ ਤਰ੍ਹਾਂ ਦੇ ਲੱਗਣ ਲੱਗੇ ਹੁਣ ਇਹਨੇ ਵੀ ਚਬੂਲੇ ਵਾਲੀ ਲੈ ਆਉਣੇ ਲੈ ਆਉਂਦੇ ਤਾਂ ਵਧੀਆ ਸੀਗਾ। ਚਲੋ ਇਹ ਜੀ ਸਾਡੀ ਛੋਟੀ ਜੀ ਸ਼ਾਪਿੰਗ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ। ਤੁਮਸ ਕਾਲਟਾਂ ਦੇ ਨਾਲ ਚੁੰਨੀਆਂ ਕਿਹੜੇ ਕਲਰ ਦੀਆਂ ਮਤਲਬ ਡਾਇਗਰਾਮ ਇਹ ਤੁਸੀਂ ਜਰੂਰ ਦੱਸਿਓ ਸਵੇਰਾ ਦਾ ਵੀ ਸ਼ਰਾਰਾ ਹੀ ਬਣਾਈਏ ਜਾਂ ਕੋਈ ਤੁਹਾਡੀ ਰਾਇ ਵਿੱਚ ਕੀ ਬਣਨਾ ਚਾਹੀਦਾ ਸਵੇਰਾ ਦੇ ਲਈ ਛੋਬਾ ਸੇ ਹੁਣ 7-8 ਸਾਲ ਦੀ ਬੱਚੀ ਆ ਤੇ ਮੈਨੂੰ ਲੱਗਦਾ ਵੀ ਉਹ ਤਾਂ ਲਹਿੰਗੇ ਲੁੰਗੇ ਸੰਭਾਲੇ ਨਹੀਂ ਜਾਣੇ ਹੈਗੇ ਵੀ ਸ਼ਰਾਰਾ ਥੋੜਾ ਜਿਹਾ ਫੇਰ ਕੰਫਰਟ ਜ਼ੋਨ ਵਿੱਚ ਆ ਜਾਂਦਾ ਵਾ ਅੱਜ ਲਈ ਇੰਨਾ ਹੀ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ